ਉਧਰ ਮੌਤ ਦੀ ਖਬਰ ਸੁਣ ਕੇ ਕਿਰਪਾਲ ਸਿੰਘ ਦੀ ਭੈਣ ਅਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ ਹੈ। ਕਿਰਪਾਲ ਸਿੰਘ ਦੀ ਭੈਣ ਜਗੀਰ ਕੌਰ ਨੂੰ ਹਾਲੇ ਵੀ ਉਮੀਦ ਸੀ ਕਿ ਉਸ ਦਾ ਭਰਾ ਪਾਕਿਸਤਾਨ ਦੀ ਜੇਲ੍ਹ ਵਿੱਚੋਂ ਰਿਹਾ ਹੋ ਕੇ ਆਵੇਗਾ, ਪਰ ਜਗੀਰ ਕੌਰ ਇੱਕ ਵਾਰ ਵੀ ਆਪਣੇ ਭਰਾ ਨੂੰ ਨਹੀਂ ਮਿਲ ਸਕੀ। ਜਗੀਰ ਕੌਰ ਦਾ ਕਹਿਣਾ ਹੈ ਕਿ ਉਸ ਦੇ ਭਰਾ ਨੂੰ ਵੀ ਸਰਬਜੀਤ ਸਿੰਘ ਦੀ ਤਰ੍ਹਾਂ ਹੀ ਮੌਤ ਦੇ ਘਾਟ ਉਤਾਰਿਆ ਗਿਆ ਹੈ। ਉਹ ਚਾਹੁੰਦੇ ਆ ਸਾਡਾ ਭਰਾ ਜਿਹੜਾ ਨਾ ਜਿੰਦਿਆਂ ਤੇ ਸਾਨੂੰ ਮਿਲ ਨਹੀਂ ਦਿੱਤਾ ਹੋਣਾ, ਜਿੰਦਿਆਂ ਤੇ ਮਿਲ ਨਹੀਂ ਦਿੱਤਾ ਤੇ ਹੁਣ ਸਾਨੂੰ ਹੋਈ ਹੋਈ ਉਹਨਾਂ ਦੀ ਲਾਸ਼ ਮਿਲਣੀ ਚਾਹੀਦੀ ਆ। ਉਹਦੀ ਲਾਸ਼ ਨੂੰ ਅਸੀਂ ਤਰਸਣ ਦੇ ਰਹੇ ਹਾਂ, ਲਾਸ਼ ਅਸੀਂ ਵੇਖ ਲਈਏ, ਆਪਣੇ ਹੱਥੀਂ ਉਹਦਾ ਸਭ ਕੁਝ ਕਰ ਲਈਏ ਆਪਣੇ ਭਰਾ ਦਾ। ਸਾਨੂੰ ਉਹਦੀ ਲਾਸ਼ ਨੂੰ ਅਸੀਂ ਤਰਲੇ ਦੇ ਰਹੇ, ਹੁਣ ਮਾਰਨ ਵੀ ਸਾਨੂੰ ਜਿਸ ਤਰ੍ਹਾਂ ਵੀ ਹੁੰਦੀ ਹੈ ਨਾ ਸਰਕਾਰ ਦੇ ਅੱਗੇ ਬੇਨਤੀ ਕਰਨੇ ਹਾਂ ਵੀ ਸਾਨੂੰ ਉਹਦੀ ਲਾਸ਼ ਮਿਲਣੀ ਚਾਹੀਦੀ ਆ। ਭਰਾ ਸਾਡੇ ਦੀ ਤਰ੍ਹਾਂ ਵੀ ਹੁੰਦਾ ਸਾਡੇ ਕੋਲ, ਹੁਣ ਇੰਨਾ ਚਿਰ ਹੋ ਗਿਆ ਤਰਲੇ ਮਾਰਦਿਆਂ ਨੂੰ ਵੀ ਦੇਖੀਏ ਦੇਖੀਏ ਉਹਨੂੰ ਮਿਲੀਏ ਤੇ ਹੁਣ ਤੇ ਸਾਨੂੰ ਮਿਲੇ ਨਹੀਂ। ਉਹਨਾਂ ਨੂੰ ਤਕਰੀਬਨ ਗਏ ਕੋਈ 20-25 ਸਾਲ ਹੋ ਗਏ, 25 ਸਾਲ 90-92 ਵਿੱਚ ਫੜੇ ਗਏ ਸੀ ਅਤੇ ਆਰਮੀ ਵਿੱਚ ਨੌਕਰੀ ਵੀ ਕਰਦੇ ਹੈਗੇ ਸੀਗੇ ਅਤੇ ਸਾਨੂੰ ਨਹੀਂ ਪਤਾ ਲੱਗਿਆ ਮਤਲਬ ਕਿੱਦਾਂ ਚੱਲ ਗਏ ਉੱਥੇ ਪਾਕਿਸਤਾਨ ਵਿੱਚ। ਅਤੇ ਇੰਨਾ ਤਾਂ ਜਸੂਸੀ ਦਾ ਕੇਸ ਪਾ ਤਾ ਉੱਧਰ ਦੀ ਸਰਕਾਰ ਨੇ ਕਿ ਇਹ ਇੱਥੇ ਜਸੂਸੀ ਕਰਨ ਆਇਆ, ਇਸ ਕਰਕੇ ਇਹਨਾਂ ਨੂੰ ਉਮਰ ਕੈਦ ਦੇ ਦਿੱਤੀ ਉੱਥੇ। ਅਤੇ ਸਾਨੂੰ ਫਿਰ ਕੋਈ ਦੋ ਚਾਰ ਸਾਲ ਬਾਅਦ ਪਤਾ ਲੱਗਾ ਇਹਨਾਂ ਦੇ ਖੱਤ ਖੁੱਤ ਆਇਆ ਕਿ ਅਤੇ ਪਾਕਿਸਤਾਨ ਦੀ ਕੋਟ ਲਖਪਤ ਰਾਈਜਲ ਦੇ ਵਿੱਚ ਆ। ਅਤੇ ਇਸ ਕਰਕੇ ਅਸੀਂ ਆਪਣੇ ਭਾਰਤ ਸਰਕਾਰ ਅੱਗੇ ਬਾਦਲ ਸਰਕਾਰ ਅੱਗੇ ਬੜੀਆਂ ਅਪੀਲ ਕੀਤੀਆਂ ਸੀ।